भगवंत सिंह मान मीटिंग वास्ते बुला रहे हैं, दूजे पासे प्रशासन साढ़े गुंडा गर्दी कर रहा। कल इन्होंने कई नौजवानों को कई साढ़े मावां भैणों को कुटिया। मोर्चे को उठाने लिए सारा जोर लाया जा रहा है, ये मोर्चे को उठाया जा। देखो दिल्ली मोर्चे वाले बहुत कुछ मोदी सरकार ने करके देख लिया, ता भी असं जमें संयुक्त मोर्चा है जेतू होकर निकल के आए हैं। मैं पूरे विश्वास न कहने जिन्या मर्जी चलना चले सरकार, असं जेतू होकर निकला। मंत्री साहब ने कहा भी किसी का भी परचा नहीं होगा, जो परचे है तो रद्द कर दो, पर बावजूद अगले दिन फिर परचे किए गए हैं। 14 से बाइनेम FIR हुई है, 125 जड़िया है वह नाल जुड़ गए हैं परचे। कल फिर होर वाधा किया गया तो साढ़े आगुआन इतों प्रशासन जरा परचे करके डराने की कोशिश कर रहा। प्रशासन साढ़े से बहुत माड़ी बहुत धक्का कर रहा साढ़े आगुआ से। ਪਰਚਿਆਂ ਨਾਲ ਅਸੀਂ ਡਰਨ ਵਾਲੇ ਨਹੀਂ ਹੈਗੇ ਜੀ ਤੇ ਇਸ ਤੋਂ ਬਾਜ ਆ ਜੀ। ਚੋਰਾਂ ਨਾਲੋਂ ਗੈਂਗਸਟਰ ਦਾ ਚੋਰੀਆਂ ਕਰਦੇ ਹੁੰਦੇ ਇਹਦੀਆਂ ਸੁਣਿਆ ਸੀ ਪਿੰਡਾਂ ਦੇ ਵਿੱਚ, ਪਰ ਪ੍ਰਸ਼ਾਸਨ ਗੈਂਗਸਟਰਾਂ ਨਾਲੋਂ ਚੋਰਾਂ ਨਾਲੋਂ ਆਪਣੇ ਟੀਕੇ ਲਾਉਣ ਵਾਲਿਆਂ ਨੂੰ ਵੀ ਭੇੜਾ ਪੈ ਗਿਆ, ਜਿਹੜਾ ਕੈਮਰੇ ਬਾਰਾਂ ਚੋਂ ਮੂੰਹ ਲਾ ਕੇ ਲੈ ਗਿਆ ਸਾਡੇ ਫੜਨ ਗਏ ਆਗੂਆਂ ਦੇ। ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡੇ ਜਿੰਨੇ ਮੇਰੇ ਵੀਰ ਪੱਤਰਕਾਰ ਪਹੁੰਚੇ ਆ, ਤੁਹਾਡਾ ਸਾਰਿਆਂ ਦਾ ਇੱਥੇ ਦੁੱਖ ਦੀ ਘੜੀ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਬੇਨਤੀ ਆ ਕਿ ਲਗਾਤਾਰ ਤਕਰੀਬਨ 5 ਮਹੀਨੇ ਤੋਂ ਪੰਜਾਬ ਦੀ ਹਵਾ ਪਾਣੀ ਧਰਤੀ ਬਚਾਉਣ ਵਾਸਤੇ ਇੱਥੇ ਸਾਂਝਾ ਮੋਰਚਾ ਲੱਗਾ ਹੋਇਆ ਹੈ, ਪਰ ਪ੍ਰਸ਼ਾਸਨ ਨੇ ਸਾਡੀ ਇੱਕ ਵੀ ਨਹੀਂ ਸੁਣੀ। ਅਸੀਂ 5 ਮਹੀਨਿਆਂ ਤੋਂ ਨਾ ਕਿਸੇ ਫੈਕਟਰੀ ਦੀ ਇੱਕ ਰੋੜੀ ਵੀ ਨਹੀਂ ਮਾਰੀ। ਸੋ ਅਸੀਂ ਬਿਲਕੁਲ ਸ਼ਾਂਤਮਈ ਮਾਹੌਲ ਨਾਲ ਚੱਲਦੇ ਆ ਰਹੇ ਹਾਂ, ਪਰ ਪ੍ਰਸ਼ਾਸਨ ਬਹੁਤ ਜ਼ਿਆਦਾ ਭੜਕਾ ਰਿਹਾ। ਸਾਡੇ ਜਿਹੜੇ ਇੱਕ ਵਾਰ ਨੇ ਸਾਨੂੰ ਭਗਵੰਤ ਸਿੰਘ ਮਾਨ ਮੀਟਿੰਗ ਵਾਸਤੇ ਬੁਲਾ ਰਹੇ ਆ, ਦੂਜੇ ਪਾਸੇ ਪ੍ਰਸ਼ਾਸਨ ਸਾਡੇ 'ਤੇ ਗੁੰਡਾਗਰਦੀ ਕਰ ਰਿਹਾ। ਸਾਡੇ ਕੱਲ੍ਹ ਇਹਨਾਂ ਨੇ ਕਈ ਨੌਜਵਾਨਾਂ ਨੂੰ ਕਈ ਸਾਡੇ ਮਾਵਾਂ ਭੈਣ ਨੂੰ ਕੁੱਟਿਆ। ਸਾਡੇ ਕਈ ਆਗੂ ਜਿਹੜੇ ਮੀਟਿੰਗ ਦੇ ਵਿੱਚ ਸਾਡੇ ਨਾਲ ਉੱਥੇ ਗਏ ਸੀ, ਮੁੱਖ ਮੰਤਰੀ ਸਾਹਿਬ ਕੋਲ ਫਤਿਹ ਸਿੰਘ ਢਿੱਲੋਂ ਜਾਂ ਬਰਨਾਜ ਸਿੰਘ ਜਗਰਾਜ ਸਿੰਘ ਉਹਨਾਂ ਨੂੰ ਆਉਂਦੇ ਸਾਹ ਫੜ ਕੇ ਇਹਨਾਂ ਨੇ ਜੇਲ੍ਹਾਂ ਵਿੱਚ ਬਿਨਾਂ ਕਿਸੇ ਗੱਲਬਾਤ ਬਿਨਾਂ ਕਿਸੇ ਐਵੇਂ ਜੇਲ੍ਹ ਦੇ ਵਿੱਚ ਸੱਕ ਦਿੱਤਾ। ਅਸੀਂ ਬਹੁਤ ਇਹਨਾਂ ਜੋ ਗਲਤ ਕੰਮ ਕੀਤਾ ਅਸੀਂ ਬਹੁਤ ਦੁੱਖ ਮਨਾਉਂਦੇ ਇਹਨਾਂ ਦਾ, ਅਤੇ ਅਸੀਂ ਬਿਲਕੁਲ ਵੀ ਅਹਿੰਸਾ ਨਹੀਂ ਚਾਹੁੰਦੇ। ਸਾਡੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਵਾਹ ਚੱਲ ਰਹੇ ਆ, ਉਹਨਾਂ ਦੇ ਸਤਿਕਾਰ ਦੇ ਕਰਕੇ ਅਸੀਂ ਕੋਈ ਨਾ ਗਲਤ ਬੋਲ ਰਹੇ ਹਾਂ ਨਾ ਕਿਸੇ ਨੂੰ ਗਲਤ ਕੋਈ ਗੱਲ ਕਰ ਰਹੇ ਹਾਂ। ਪ੍ਰਸ਼ਾਸਨ ਸਾਡੇ 'ਤੇ ਬਹੁਤ ਮਾੜੀ ਬਹੁਤ ਧੱਕਾ ਕਰ ਰਿਹਾ ਸਾਡੇ ਆਗੂਆਂ 'ਤੇ। ਸਾਡੇ ਨਾਲ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਿੰਨੇ ਮੇਰੇ ਵੀਰ ਸਾਂਝੇ ਮੋਰਚੇ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜ ਰਹੇ ਆ, ਸਾਰਿਆਂ ਦਾ ਹੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਮੋਰਚਾ ਪਿਛਲੇ 5 ਮਹੀਨਿਆਂ ਤੋਂ ਚੱਲ ਰਿਹਾ, ਲੋਕਲ ਕਮੇਟੀ ਇਹਨੂੰ ਚਲਾ ਰਹੀ ਸੀ। ਜਦੋਂ ਤੋਂ ਸਰਕਾਰ ਨੇ ਇਹਨੂੰ ਉਠਾਉਣ ਵਾਲੇ ਪਾਸੇ ਜਾਂ ਇਹਨੂੰ ਖਰਾਬ ਕਰਨ ਵਾਲੇ ਪਾਸੇ ਤੁਰੀ ਹੈ, ਉਹਨੂੰ ਵੇਖਦੇ ਹੋਏ ਇੱਥੇ ਗ੍ਰਿਫਤਾਰੀਆਂ ਹੋਈਆਂ, ਇੱਥੇ ਇਹਨਾਂ ਦਾ ਆਪਣੇ ਭਰਕਰ ਛਾਪੇ ਮਾਰੇ ਜਾ ਰਹੇ ਆ, ਤੋੜ ਭੰਨ ਕੀਤੀ ਜਾ ਰਹੀ ਹੈ। ਉਸਦੇ ਖਿਲਾਫ ਮੋਰਚੇ ਨੂੰ ਉਠਾਉਣ ਲਈ ਸਾਰਾ ਜ਼ੋਰ ਲਾਇਆ ਜਾ ਰਿਹਾ ਵੀ ਇਹ ਮੋਰਚੇ ਨੂੰ ਉਠਾਇਆ ਜਾਵੇ। ਇਸ ਤੋਂ ਪਹਿਲਾਂ ਅਸੀਂ ਇਹਨਾਂ ਦੀ ਪਾਸੋਂ ਹਮਾਇਤ ਕਰਦੇ ਰਹੇ ਹਾਂ। ਕੱਲ੍ਹ ਅਸੀਂ ਪਹਿਲੀ ਵਾਰੀ ਜਿਹੜੇ ਸੰਯੁਕਤ ਮੋਰਚੇ ਦੇ ਆਗੂ ਮੈਂ ਨਿਰਭੈ ਸਿੰਘ ਢੁੱਡੀ ਅਤੇ ਬੂਟਾ ਸਿੰਘ ਬੁਰਜ ਗਿੱਲ ਮੋਰਚੇ ਦੀ ਤਰਫ ਤੋਂ ਇੱਥੇ ਆਏ ਹਾਂ, ਜਿਹਦੇ 'ਤੇ ਅਸੀਂ ਇਹ ਫੈਸਲਾ ਕੀਤਾ ਕੱਲ੍ਹ ਅਤੇ ਸਾਡਾ ਕੱਲ੍ਹ ਆਉਣ ਵਾਲਾ ਕੱਲ੍ਹ ਹੈ ਅਤੇ ਸੰਯੁਕਤ ਮੋਰਚੇ ਦੀਆਂ 32 ਜਥੇਬੰਦੀਆਂ ਦੀ ਮੀਟਿੰਗ ਇੱਥੇ ਹੀ ਸੱਦ ਲਈ ਹੈ ਅਸੀਂ, ਤਾਂ ਕਿ ਸਾਰਾ ਇਕੱਠੇ ਬੈਠ ਕੇ ਇਸ ਮੋਰਚੇ ਬਾਰੇ ਸੋਚ ਵਿਚਾਰ ਕਰ ਸਕੀਏ ਕਿ ਇਹਨੂੰ ਕਿਵੇਂ ਅੱਗੇ ਵਧਾਉਣਾ, ਕਿਵੇਂ ਸਰਕਾਰ ਦੇ ਜੋ ਰਿਪਰੈਸ਼ਨ ਕਰ ਰਹੀ ਉਹਦਾ ਮੁਕਾਬਲਾ ਕਰਨਾ। ਉਹਦੇ ਲਈ ਕੱਲ੍ਹ ਨੂੰ ਸਾਡੀ ਇੱਥੇ ਮੀਟਿੰਗ ਹੋਊਗੀ ਸੰਯੁਕਤ ਮੋਰਚੇ ਦੀ, ਅਤੇ ਉਸ ਤੋਂ ਗਾਹਾਂ ਅਸੀਂ ਅਗਲਾ ਪ੍ਰੋਗਰਾਮ ਆ ਜਿਹੜਾ। ਪਰ ਇੱਕ ਗੱਲ ਦਾ ਮੈਂ ਵਿਸ਼ਵਾਸ ਦਿਵਾਉਣਾ, ਅਸੀਂ ਮੋਰਚੇ ਨੂੰ ਕਿਸੇ ਵੀ ਤਰ੍ਹਾਂ ਦੀ ਢਾਹ ਨਹੀਂ ਲੱਗਣ ਦੇਵਾਂਗੇ, ਹਰ ਹਾਲਤ 'ਚ ਇਹ ਮੋਰਚਾ ਜਿੱਤਾਂਗੇ, ਕਿਉਂਕਿ ਇਹ ਬਹੁਤ ਵੱਡਾ ਪੰਜਾਬ ਦੇ ਪਾਣੀਆਂ ਦਾ ਮਾਮਲਾ, ਜੇ ਪੰਜਾਬ ਦੇ ਪਾਣੀਆਂ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹੋਰ ਹੈ,
बीमारियां फैल दिया किसके खिलाफ अभी एक पूरी लड़ाई बनाने की कोशिश करेंगे पंजाब भी पानियों को बचाया जा सके इसके लिए संयुक्त मोर्चा पूरा सजीदा तो कल एक बहुत बड़ी मीटिंग प्रधान जी कितने बजे टाइम कितने बजे जी उधर 11 बजे प्रशासन किसान छापेमारी की घर अभी सख्त शब्द की निखेधी करते हैं कदे भी कोई लहर है गिरफ्तारियां छापे दवाइया नहीं जा सकदियां होंदियां देखो दिल्ली मोर्चे वेले बहुत कुछ मोदी सरकार ने करके देख लिया तां भी असीं जिहड़े संयुक्त मोर्चा जेतू होके निकल के आए हैं मैं पूरे विश्वास नाल कहिंदा जिन्नियां मर्जी चालां चले सरकार असीं जेतू होके निकलांगे बहुत सारे मुंडे लापता ने जिहड़े प्रशासन दे वल्लों कल चुके गए हले तक घर नहीं पहुंचे पिंड वासी कह रहे ने सानूं दस्सिया नहीं जा रहा है कि दसो असीं इस गल दी मैं कहिंदा सरकार नूं इहदा जिहड़ी सरकार आम पार्टी की सरकार है जिहड़ी कहिंदी असीं इंसाफ देवांगे पिछलियां सरकारां इंसाफ नहीं दे रहीआं मैं समझदा बहुत ही माड़ी गल है कि उन्हां सरकारां दे राह ते चल ਪ੍ਰਧਾਨੀ ਜੀ ਤਾਂ ਕੱਲ੍ਹ ਤਰੀਕ ਹੈ ਕੋਰਟ ਦੇ ਵਿੱਚ ਲੱਗਦਾ ਕਿ ਪ੍ਰਸ਼ਾਸਨ ਸਖਤੀ ਕਰ ਸਕਦਾ ਮੋਰਚੇ ਨੂੰ ਫਾਉਣ ਦੀ ਦੇਖੋ ਕਰ ਹੀ ਰਿਹਾ ਮੈਂ ਕਹਿੰਦਾ ਜਿੰਨੀ ਹਜ਼ਾਰਾਂ ਦੀ ਗਿਣਤੀ ਆ ਆਸੇ ਪਾਸੇ ਜਿਹੜੀ ਅੱਜ ਮੈਂ ਵੇਖੀ ਹੈ ਉਹ ਪੁਲਿਸ ਚੌਕੀ ਵੀ ਹੈ ਇੱਥੇ 30,000 30,000 ਚਲੋ ਜਾਂ ਘੱਟ ਵੱਧ ਹੋ ਸਕਦੀ ਆ ਮਤਲਬ ਬਹੁਤ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਇੱਥੇ ਲਾਈ ਵੀ ਆ ਇਹਨਾਂ ਲੋਕਾਂ ਨੂੰ ਡਰਾਉਣ ਲਈ ਪਰ ਮੈਂ ਸਮਝਦਾ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਦੀ ਬਾਹ ਫੜੀ ਆ ਅੱਜ ਬਹੁਤ ਸਾਰਾ ਸਾਡੀਆਂ ਜਥੇਬੰਦੀਆਂ ਦਾ ਕੱਢ ਇੱਥੇ ਪਹੁੰਚਿਆ ਜਿਹਦੇ ਕਰਕੇ ਉਹ ਸਿੱਧਾ ਐਕਸ਼ਨ ਤੋਂ ਅਜੇ ਡਰਦੇ ਆ ਅਸੀਂ ਸਮਝਦੇ ਇਹਨੂੰ ਅਸੀਂ ਹੋਰ ਤੇਜ਼ ਕਰਾਂਗੇ ਸਰਕਾਰ ਨੂੰ ਮੂਧੇ ਮੂੰਹ ਮਾਰਾਂਗੇ ਸਾਰੇ ਜਿਹੜੇ ਸਾਡੇ ਉਹ ਫੜੇ ਹੋਏ ਲੋਕ ਆ ਉਹਨਾਂ ਨੂੰ ਛਡਾਵਾਂਗੇ ਕੇਸ ਵਾਪਸ ਕਰਾਵਾਂਗੇ ਇਹ ਲੜਾਈ ਪਹਿਲੀ ਲੜਾਈ ਸਾਡੀ ਪਾਣੀ ਦੀ ਪਿੱਛੋਂ ਜਿਹੜੇ ਸਾਡੇ ਨਾਲ ਪਰਚੇ ਪਏ ਹੋਰ ਸਾਰੇ ਰੱਦ ਕਰਵਾਉਣਗੇ ਤੁਹਾਡੇ ਮਾਧਿਅਮ ਨਾਲ ਇੱਕ ਮੈਂ ਸਰਕਾਰ ਦਾ ਜਿਹੜਾ ਦੋਗਲਾ ਚਿਹਰਾ ਉਹ ਲੋਕਾਂ ਤੱਕ ਲਿਜਾਣਾ ਚਾਹੁੰਦਾ ਇੱਥੇ ਜਦੋਂ ਮੁੱਖ ਮੰਤਰੀ ਸਾਹਿਬ ਆਏ ਆ ਆਪਣਾ ਮਾਣਯੋਗ ਮੰਤਰੀ ਸਾਹਿਬ ਆਏ ਆ ਉਹਨਾਂ ਨੇ ਵੀ ਕਿਹਾ ਵੀ ਇੱਥੇ ਜਿਹੜੇ ਲੋਕ ਬੈਠੇ ਆ ਇਹ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਇਹਦੇ ਨਾਲ ਹੀ ਆਈ ਜੀ ਸਾਹਿਬ ਦੀ ਰਿਕਾਰਡਡ ਸਟੇਟਮੈਂਟ ਹੈਗੀ ਰਿਕਾਰਡਡ ਸਟੇਟਮੈਂਟ ਇੱਥੇ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਜਿਹੜੇ ਲੋਕ ਆ 5 ਮਹੀਨਿਆਂ ਤੋਂ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਤੇ ਤੁਹਾਨੂੰ ਜਿਵੇਂ ਪਤਾ ਹੈ ਕਿ ਜਿਹੜਾ ਰਾਈਟ ਟੂ ਪ੍ਰੋਟੈਸਟ ਆ ਇਹ ਸੰਵਿਧਾਨ ਦੇ ਵਿੱਚ ਵੀ ਪੀਸਫੁਲੀ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਤੇ ਉਹਨਾਂ ਨੇ ਕਿਹਾ ਮੈਂ ਐਪਰੀਸ਼ੀਏਟ ਕਰਦਾ ਇਹਨਾਂ ਲੋਕਾਂ ਨੂੰ ਨਾਲ ਹੀ ਉਸ ਟਾਈਮ ਆਪਣਾ ਮੰਤਰੀ ਸਾਹਿਬ ਨੇ ਕਿਹਾ ਵੀ ਕਿਸੇ ਦਾ ਵੀ ਪਰਚਾ ਨਹੀਂ ਹੋਊਗਾ ਜੇ ਪਰਚੇ ਆ ਤਾਂ ਰੱਦ ਕਰ ਦਿਓ ਪਰ ਉਹਦੇ ਬਾਵਜੂਦ ਅਗਲੇ ਦਿਨ ਫੇਰ ਪਰਚੇ ਕੀਤੇ ਗਏ ਆ 14 ਤੇ ਬਾਈ ਨੇਮ ਐਫ ਆਈ ਆਰ ਹੋਈ ਆ 125 ਜਿਹੜੀਆਂ ਹੈਗੀਆਂ ਉਹ ਨਾਲ ਜੁੜ ਗਏ ਆ ਪਰਚੇ ਕੱਲ੍ਹ ਫੇਰ ਹੋਰ ਵਾਧਾ ਕੀਤਾ ਗਿਆ ਅਤੇ ਸਾਡੇ ਆਗੂਆਂ ਨੂੰ ਇੱਥੋਂ ਪ੍ਰਸ਼ਾਸਨ ਜਿਹੜਾ ਪਰਚੇ ਕਰਕੇ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਪਰਚਿਆਂ ਨਾਲ ਅਸੀਂ ਡਰਨ ਵਾਲੇ ਨਹੀਂ ਹੈਗੇ ਜੇ ਅਤੇ ਇਸ ਤੋਂ ਬਾਅਦ ਆ ਜੀ ਹਾਂਜੀ ਮੈਂ ਭਾਰਤੀ ਕਿਸਾਨ ਹੁਣ ਏਕਤਾ ਗੁਰਹਾਂ ਦਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰ ਕਲਾਂ ਸਾਡੀ ਜਥੇਬੰਦੀ ਅੱਜ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਇੱਥੇ ਸੰਘਰਸ਼ੀ ਲੋਕਾਂ ਦੀ ਹਮਾਇਤ ਦੇ ਵਿੱਚ ਜਿਹੜਾ ਪਹਿਲਾਂ ਸਿਰਫ ਜ਼ਿਲ੍ਹਾ ਪੱਧਰ ਦੇ ਸਾਡੇ ਆਗੂ ਵਰਕਰ ਸ਼ਾਮਿਲ ਹੁੰਦੇ ਸੀ ਅੱਜ ਪੰਜਾਬ ਪੱਧਰ 'ਤੇ ਵੱਡਾ ਕਾਫਲਾ ਲੈ ਕੇ ਕਿਉਂਕਿ ਪਿਛਲੇ ਦਿਨਾਂ 'ਚ 3-4 ਦਿਨਾਂ ਤੋਂ ਜਿੰਨਾ ਜਾਵਰ ਹੱਲਾ ਬੋਲਿਆ ਹੈ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਰਾਹੀਂ ਜਿਹਦੇ ਤਹਿਤ 100 ਦੇ ਕਰੀਬ ਗ੍ਰਿਫਤਾਰੀਆਂ 150 ਦੇ ਕਰੀਬ ਝੂਠੇ ਮੁਕੱਦਮੇ ਅਤੇ ਲਗਾਤਾਰ ਅੱਜ ਵੀ ਲਾਠੀਚਾਰਜ ਧੱਕਾ ਮੁੱਕੀ ਹੋਈ ਹੈ ਕੱਲ੍ਹ ਵੀ ਪਰਸੋਂ ਵੀ ਇਹ ਧਰਨਾ ਉਠਾਉਣ ਵਾਸਤੇ ਬੇਸ਼ੱਕ ਬਹਾਨਾ ਹਾਈਕੋਰਟ ਦਾ ਲਾਇਆ ਜਾ ਰਿਹਾ ਪਰ ਇਹ ਸਰਕਾਰ ਪਹਿਲਾਂ ਚਾਹੁੰਦੀ ਤਾਂ ਮਸਲਾ ਹੱਲ ਹੋ ਸਕਦਾ ਸੀ ਕਰ ਸਕਦੀ ਸੀ ਹੁਣ ਵੀ ਚਾਹੇ ਤਾਂ ਕਰ ਸਕਦੀ ਹੈ
कोर्ट को टाइम लै सकती है, पर बहाना बना के इस तरह का जरा हला बोलिया विरुद्ध वो सख्त निंदा करते हैं। सारे गिरफ्तार लोगों की रिहाई की मंग करते हैं, तो नाल ही जी मौत बन रही फैक्ट्री है दीप मल्होत्रे की, जिदी सेवा दे विच भगवंत मान सरकार भुगत रही है, उनू बंद करने की मंग करते हैं। सगों हुण तां यह फैसला कर लिया, लोगों ने नारे लग रहे हैं थां थां कि शराब फैक्ट्री बंद करा के रहांगे। पहलां मंग करते हुंदे सी बंद करो, हुण इत्थे आ गया घोल भी ये बंद करा के रहांगे। इस करके जिहड़ा भी कोई फैसला इस पक्के मोर्चे को चलाने वाली कमेटी करूगी उसकी भी डट के हिमायत करांगे। असी खुद फैसला कर लिया, साडी जथेबंदी ने जिहड़ी बेशक पंजाब दी जिहड़ी संयुक्त मोर्चा बनिया किसान मोर्चा उहदी मैंबर तां है नहीं, पर आल इंडिया का किसान संयुक्त मोर्चा जिहड़ा उहदी मैंबर हैगी है, उहदे वल्लों भी जिहड़ा फैसला किया जाऊगा उहनूं पूरी तनदेही नाल लागू करांगे। ते जिहड़ा इत्थों दी एक्शन कमेटी वल्लों पक्के मोर्चे दी एक्शन कमेटी वल्लों किया जाऊगा उहनूं भी पूरी तनदेही नाल। ते जे कोई सानूं आप नूं भी जथेबंदी नूं लगे बहुत सारे घोलां दे विच असी घोल नूं होर अगे वधाउण वास्ते उहनूं ढाल लगण तों बगैर सरकार ते दबाव वधाउण वास्ते एक्शन करदे आए हैं, जिहड़ा किसी भी फैसले नाल टकरावा ना बनता होवे उहो जिहा एक्शन करन दा भी असी कल फैसला लै लिया। उस फैसले तहत तुरंत 10-12 घंटिया के नोटिस से आ जिहड़ा वड्डा काफला पहुँचा ये अज आया। अगां जिहो जिहे भी प्रोग्राम लिखे जाणगे भगवंत मान सरकार जिहड़ी लोगों की दुश्मन होकर निभ रही है, उन्हें पहला नहीं गौलिया जिहड़ा लगातार लोग मंग कर रहे सीगे भी इह फैक्ट्री ने इन्ने इत्थे कैंसर फैलाता, इन्नियां मौतां हो गईयां, 5-6 साल के बच्चों दीआं भी मौतां हो गईयां, आ जिहड़े कैमिकल बनाउणे बिना किसी मंजूरी तो शुरू करते, तो सारा जहरीला पानी धरती च, जहरीलियां गैसा हवा च, जदों कि NGT का कानून है भी उन्हां नूं साफ करके पानी धरती च तां फिर भी नहीं सुट्टिया जा सकता, वो किसी भी थां ते होर वरत्या जा सकता साफ करके। एवें गैसा जिहड़ियां वो बाहर निकल तो पहला बकायदा उन्होंने फिल्टर बने हुए हैं, पर कोई भी लाया नहीं जा रहा क्योंकि उन्होंने खर्चा करना पैंदा। तो सरकार ने मिंट लाया जो हाई कोर्ट ने कहता, हाई कोर्ट में यह फिक्र तो जाग पिया मान योग अदालत भी यदा इन्ना नुकसान हो गया शराब फैक्ट्री का 20 करोड़ का यदा मुआवजा दिता जाए। हाई कोर्ट में मान योग यह फिक्र नहीं जागया भी इनिया मौत हो गई बड़ी गिणती दे विच उन्होंने वारसान भी मुआवजे की लोड़ है, इनिया फसलों बर्बाद हो गई उन्होंने किसानों भी मुआवजे की लोड़ है, इन्ने पशु मर गए उन्होंने मालकों भी मुआवजे की लोड़ है। ये ना तो सरकार ने सोचा ना ये मानयोग अदालत ने सोचा। असी ये मुआवजा भी दवा देने की मंग करते हैं, फैक्ट्री बंद करने की मंग करते हैं, तो ये ते मुकदमा चलाने की मंग करते हैं दीप मल्होत्रे ते फैक्ट्री के मालक ते कतलां दा ते सारा हा प्रदूषण फैलाउण दा, क्योंकि कतल बनते प्रदूषण नाल मौतां होईयां हो। जे कोई कमेटियां बना के सरकार पड़ताल करना चाहुंदी है तो 6 महीने पहला भी कर सकती सी पर नहीं की। हुण इन्हां कमेटियां दे बहाने हेठां जिहड़ा मोर्चा हटाउण दा यतन किया जा रहा है, जिदे च दस्या भी एक गेट वाले पासे तो उन्होंने चालू भी करती है फैक्ट्री, ये चालू नहीं हो गया, वो गेट भी रोकया जा सकता है जदों आ सारिया जिहड़ियां कमेटियां चला रही हैं इस सैक्शन नूं उन्हां दी सहमति बन गई, उहो जिहा प्रोग्राम बन गया उहदे च पूरा वध चढ़ के हिस्सा पावांगे। ਪਰਦਾ ਜੀ ਜਿਹੜਾ ਡਰਾਉਣ ਦੇ ਨਾਲ ਹੁਣ ਜਿਹੜੇ ਕਿਸਾਨ ਪਿੰਡਾਂ ਦੇ ਵਿੱਚ ਆ ਰਹੇ ਜਾਂ ਖੇਤਾਂ ਤੁਸੀਂ ਪਹੁੰਚ ਰਹੇ ਨੇ, ਡਰਾਉਣ ਦੇ ਨਾਲ ਜਿਹੜਾ ਪ੍ਰਸ਼ਾਸਨ ਦੁਆਰਾ ਚੈੱਕ ਕੀਤੇ ਜਾ ਰਹੇ ਕਿੱਧਰ ਕਿੱਧਰ ਕਿਸਾਨ ਆ ਰਹੇ ਉਹ ਰਸਤੇ ਬੰਦ ਕੀਤੇ ਜਾ ਰਹੇ ਹੋ? ਇਹ ਗਿਣਿਆ ਮਿਥਿਆ ਢੰਗ ਹੈ ਜਿਹੜੇ ਵੀ ਜਾਬਰ ਹਾਕਮ ਆ ਉਹਨਾਂ ਸਾਰਿਆਂ ਦਾ ਹੀ ਹੁਣ ਤੱਕ ਜਿਹੜੇ ਪੰਜਾਬ ਦੀ ਜਾਂ ਕੇਂਦਰ ਦੀ ਕੁਰਸੀ 'ਤੇ ਰਹੇ ਆ ਵੀ ਪਹਿਲਾਂ ਵੱਡੀ ਨਫਰੀ ਪੁਲਿਸ ਦੀ ਲਿਆ ਕੇ ਕਮਾਂਡੋ ਦੀ ਲਿਆ ਕੇ ਡਰਾਓ ਲੋਕਾਂ ਨੂੰ, ਮੁਕੱਦਮੇ ਬਣਾ ਕੇ ਡਰਾਓ ਲੋਕਾਂ ਨੂੰ, ਜਿੰਨੇ ਵੀ ਪਿੱਛੇ ਹਟਾਏ ਜਾ ਸਕਦੇ ਆ ਹਟਾਓ, ਫਿਰ ਜਦੋਂ ਗਿਣਤੀ ਥੋੜ੍ਹੀ ਰਹਿ ਗਈ ਉਹਨਾਂ ਨੂੰ ਕੁੱਟ ਕੇ ਪੱਧਰ ਕਰੋ, ਇਹ ਉਹਨਾਂ ਦੀ ਨੀਤੀ ਹੈ। ਇਸ ਨੀਤੀ ਦੇ ਵਿਰੁੱਧ ਲੋਕ ਹੁਣ ਡਟ ਚੁੱਕੇ ਆ,
काफले आने लग गए जथेबंदियों वालों, लोगों ने भी उठ के पिंडा चो दोबारा आना शुरू करता। तो आने वाले दिनों च ये नफरी वधूगी, क्योंकि असल च लोगों की ताकत नाल ही यह घोल जितया जाना है। वो सारिया जनतक जथेबंदियों की ताकत भी हुण झोकनी शुरू करती, तो लोग भी आने शुरू हो गए। सरकार के सारे जावर कदमों पिछे धक्या जाऊगा, तो ये फैक्ट्री बंद करा के सह लवेंगे। ये तहिया सारिया ही संघर्षी जथेबंद जो दूसरा गेट खुला जो है वो कदों तक बंद कर दिया। मैं दस चुका भी वह गेट जदों भी फैसला हो गया घोल चला रही एक्शन कमेटी वालों, जिदे बेशक साडे स्थान नुमाइंदे शामिल है, जो हूँ कोई पंजाब पद्धर की कमेटी बनाई है वो भी असं शामिल होवे। जो भी फैसला होगा उस गेट न रोकने वास्ते उन्होंने पूरी तनदेही लागू करा, तो गेट बंद करके सह लवान। मैं मीडिया के राही बेनती करना चाहना पंजाब सरकार को, मंगल सिंह संधू प्रेस सकत्र पंजाब बीके यू कोसा, कि जिन्हें भी साढ़े वक् वक् जथेबंदियों के आगुआ वर्करां कल गिरफ्तार किया गया, सरकार उन्होंने तुरंत रिहा करे, नहीं तो सानू कोई होर अंदोलन विढ़ना पऊगा उन्होंने हरिया कराने के लिए। बाकी जेड़े साढ़े आगू के घर हजे भी पुलिस परेशान कर रही है, गेड़े मार रही है, वो भी जोड़ा काम पुलिस बंद करे परेशान करना, आगू परेशान करना पुलिस बंद करे। तो भगवंत मान सरकार को बेनती है कि जल्दी तो जल्दी ये फैक्ट्री बंद करो, जिहड़ियां साढ़ियां बीमारियां जेड़े बच्चे आने वाली साढ़िया पीढ़ियां नस्लां जिन्हों असी बचाने खातरे लड़ाई पांच महीनों तो लड़ रहे हैं, सरकार को बेनती है फैक्ट्री बंद करो, साढ़े जोड़े फड़े गए आगू वर्कर उन्होंने जल्दी तो जल्दी रिहा करो। चलो जी ठीक है जी। मोगे वाले रीगल सिनेमे चालू करन दा फैसला कल्ला हाई कोर्ट वालों नहीं, सुप्रीम कोर्ट वालों भी हो गया सी, जिहदी हमायत दे विच उदों दी ज्ञानी जैनसो सरकार ने जिवें इहदी हमायत कर रहा जी दूर उपरे दी, उसकी हमायत गोली चला के नौजवान पांच नौजवान शहीद करते विद्यार्थी, एडा वड्डा घोल चलिया सी कि सुप्रीम कोर्ट का फैसला भी हाई कोर्ट का फैसला भी धरे धराए रह गए, तो उत्थे इस वेले यादगार बनी हुई है उन्होंने शहीदों की। इस करके ये बहाना ही है भगवंत मान सरकार का कोर्ट के फैसले वाला, जदों सरकार का मन बन जाए जिमें उन्होंने विधानसभा च मता पाता सी ये भी पा सकते सब कुछ कर सकते। सख्त शब्दों में निंदा करते हैं, फैक्ट्री बंद कराने पूर्ण तौर पर असं हर पक्षों पूरा हिस्सा देने का ऐलान करते हैं। वाहेगुरु जी का खालसा। एक जी थोनों दसना चाहना कि साडा कल पुलिस ने एक बंदा चुकया सीगा, एक बंदा चुकया तो हार्ट अटैक का मरीज आ, सानू पता लगा भी वह इस वक्त मुक्तसर जेरे इलाज आ, जे उसका कोई जानी नुकसान होंदा तो उसने जिम्मेवार पंजाब सरकार फिरोजपुर एडमिनिस्ट्रेशन फिरोजपुर पुलिस होगी। असं उन्हें सरकार को बेनती करते हैं कि साढ़े जोड़े नजायज़ बंदे चके आ उन्होंने छड़ो जी, उन्हें छड़ो जल्दी तो जल्दी, जे कोई नुकसान साढ़े बंदे का होया तो सरकार जिम्मेवार होगी, बाद अपना सरकार पढ़िया विचार लवे। चोरों नालों गैंगस्टार का चोरिया करते होंगे यदियाँ सुनिया पिंडा के, पर प्रशासन गैंगस्टारा नालों चोरों नालों अपने टीके लाने वालों भी भेड़ा पै गया, जोड़ा कैमरे बारा जो ला के लै गया साढ़े फड़न गए आगुआ के, बलराज सिंह फिर वह लैके लैन गए फड़न, उन्होंने कैमरे लाए भन तोड़ की है। भगवंत मान सरकार को चेतावनी दिना बाज आ जा इन गलों तो, नहीं फिर ये तेनों ये भी पता है तू भी सिख है तो तेन यही पता भी असी कि कौम किड़े साडे पुराना इतिहास पढ़ के देख ला पिछा हटने वाले है नहीं, फैक्ट्री असी बंद करवा के रहेंगे। वाहेगुरू जी का खालसा वाहेगुरू जी का। साडी आखिरी यही बेनती आ जिन्हें साडे नौजवान आगू फड़े आ उन तुरंत रिहा किया जाए, नहीं तो कल भोगों तो बाद अखंड पाठ साहब भोग पै जाएंगे, उस तो बाद संगत को वाला शल्याणना पेगा। धन्यवाद। सरकार सोच रहा होगा।